ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ। ਅੱਛਾ, ਕੁੜੀ ਤੇ ਹਲਵਾਈ ਦੀ ਦੁਕਾਨ ਤੇ ਜਾ ਕੇ ਅੜੀ ਕਰਨ ਲੱਗ ਪਈ। ਕਹਿੰਦੀ ਬੀਬੀ ਮੈਂ ਲੱਡੂ ਖਾਣਾ। ਫੇਰ ਤਾਰੋ ਕਹਿੰਦੀ ਛੱਡ ਪਰਾਂ, ਲੱਡੂ ਵੀ ਕੋਈ ਚੀਜ਼ ਖਾਣ ਦੀ ਹੈ, ਤੂੰ ਬਰਫੀ ਖਾ ਲੈ, ਰਸਗੁੱਲਾ ਖਾ ਲੈ, ਜਲੇਬੀ ਖਾ ਲੈ। ਪਰ ਕੁੜੀ ਕਹਿੰਦੀ ਨਾ, ਮੈਂ ਤਾਂ ਲੱਡੂ ਹੀ ਖਾਣਾ। ਭਾਈ ਨੇ ਦੂਜੇ ਪਾਸੇ ਨੂੰ ਦੇਖਿਆ, ਤਾਰੋ ਨੇ ਚੁੱਕ ਕੇ ਲੱਡੂ ਆਪਣੀ ਕੁੜੀ ਨੂੰ ਦੇਤਾ। ਭਾਈ ਵੀ ਬੜਾ ਖਚਰਾ ਸੀ, ਦੇਖ ਲਿਆ, ਨਾਰੇ ਮਾਰੀ, ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ। ਮੈਂ
ਮੈਨੂੰ ਤਾਂ ਲੱਗੀ ਸੱਤੇ ਕਪੜੀ ਅੱਗ। ਅੱਛਾ, ਇਕੱਠੇ ਕਰਕੇ ਸਾਰੇ ਨਿਆਣੇ, ਵਿੱਚੇ ਉਹਦੀ ਬੇਬੇ, ਵਿੱਚੇ ਬਾਪੂ, ਕਰਤੇ ਸੰਦੂਕ ਵਿੱਚ ਬੰਦ। ਨੀ ਫੇਰ ਮੈਨੂੰ ਬੜਾ ਕੁੱਟਿਆ ਤੇ ਮੈਂ ਬੜਾ ਰੋਈ, ਨੀ ਰਾਤੀ ਦੈਂਗੜ ਦੈਂਗੜ ਹੋਈ, ਰਾਤੀ ਦੈਂਗੜ ਦੈਂਗੜ।